मनदीप नु माड़ी मोटी शर्म नहीं आएगी, वो अपने पेक्या नु कुछ नहीं कह सकती। मैं तो आप फस गई इन्हां दे भला करके कि मैं मेरे जवाक नु परेशान कीता इन्हां ने। किसे सयाने ने सही कहा कि ताली इक हाथ नाल नहीं बजदी, दोनों हाथों नाल बजदी आ। ये मेरी सस दा ना असली पुतनी हैगा, ਉਹਨਾਂ ਦੀ ਕੁੱਖੋਂ ਨਹੀਂ ਜੰਮਿਆ ਹੋਇਆ। ਕਲਯੁਗ ਜੀ ਤਾਂ ਅਸਲੀ ਮਾਵਾਂ ਨਹੀਂ ਆਪਦੇ ਪੁੱਤਾਂ ਨੂੰ ਕੁਛ ਦਿੰਦੀਆਂ, ਇਹ ਤਾਂ ਫੇਰ ਬਗਾਨੀ ਆ। ਲੋ ਭੈਣ ਜੀ ਚਾਹ ਪੀ ਲੋ। गुलाब जामना ये तो मेरी फेवरेट ने, पर मैं तो ले आए नहीं, फिर कौन ले आया? दस दिया पहला तुसी फड़ो तो सही। आज मेरे मम्मी आए सी दिवाली दा संधारा देन, ते गुलाब जामना भी ओही लेके आए ने। ओ कहदे सी स्पेशल देसी घ्यो च उन्हां ने बनवाईया ने। एदा मतलब ए गुलाब जामना तेरे पेकियां तो आईया ने? हां जी मेरे पेकियां तो ही आईया ने। ਤੁਸੀਂ ਇੱਕ ਵਾਰ ਟੇਸਟ ਕਰਕੇ ਤਾਂ ਦੱਸੋ ਕਿਹੋ ਜੀਆਂ ਨੇ। ਉਹ ਖਾਣ ਦੀ ਗੱਲ ਤਾਂ ਦੂਰ ਹੈ, ਮੈਂ ਤੇ ਕਹਿੰਦੀ ਦੇਖਣਾ ਵੀ ਪਸੰਦ ਨਹੀਂ ਕਰਦਾ। ਚੱਕ ਲੈ ਜਾ ਆਪਣੀ ਗੁਲਾਬ ਜਾਮਣਾ। ਲੈ ਐਡੇ ਵੀ ਕੀ ਗੁੱਸੇ ਗਿਲੇ ਹੋ ਗਏ ਮੇਰੇ ਪੇਕਿਆਂ ਨਾਲ? ਮੈਨੂੰ ਐਂ ਲੱਗਦਾ ਵੀ ਉਹ ਗਰੀਬ ਨੇ ਨਾ, ਤਾਂ ਹੀ ਤੁਸੀਂ ਉਹਨਾਂ ਦੀ ਲਿਆਂਦੀ ਮਠਿਆਈ ਨਹੀਂ ਖਾਂਦੇ। ਪਰ ਤੁਹਾਨੂੰ ਇੱਕ ਗੱਲ ਕਹਾਂ, ਮੇਰੇ ਪੇਕੇ ਚਾਹੇ ਗਰੀਬ ਨੇ ਪਰ ਉਹ ਹੱਕ ਦੀ ਕਮਾਈ ਖਾਂਦੇ ਨੇ। ਉਹ ਤੂੰ ਰਹਿਣ ਦੇ, ਮੈਂ ਜਾਣਦਾ ਕਿਹੜੀ ਉਹ ਹੱਕ ਦੀ ਕਮਾਈ ਖਾਂਦੇ ਨੇ। ਉਹ ਨਾਲੇ ਤੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਮੈਂ ਉਹਨਾਂ ਨੂੰ ਬੁਲਾਉਣਾ ਵੀ ਪਸੰਦ ਨਹੀਂ ਕਰਦਾ, ਫਿਰ ਵੀ ਤੂੰ ਉਹਨਾਂ ਦੀ ਮਠਿਆਈ ਮੇਰੇ ਕੇ ਲਿਆਈ। ਤੈਨੂੰ ਪਤਾ ਹੈ ਨਾ ਕਿ ਉਹਨਾਂ ਨੇ ਮੇਰੀ ਕਿੰਨੀ ਬੇਇੱਜ਼ਤੀ ਕਰੀ ਸੀਗੀ। ਤੂੰ ਭੁੱਲ ਗਈ ਹੋਏਗੀ ਪਰ ਮੈਂ ਨਹੀਂ ਭੁੱਲਿਆ। ਚੱਕ ਕੇ ਮਠਿਆਈ ਨੂੰ ਤੇ ਦਰਵਾਜ਼ਾ ਭੇਟ ਜਾ। ਉਹ ਜੇ ਨਹੀਂ ਖਾਣੀ ਨਾ ਨਾ ਖਾਓ, ਉਹ ਤੁਹਾਡੀਆਂ ਦਾ ਆਕੜਾ ਹੀ ਨਹੀਂ ਮਾਣ ਹੈਗੇ ਆ। ਅੱਜ ਤੋਂ ਬਾਅਦ ਨਾ ਮੇਰੇ ਪੇਕਿਆਂ ਤੋਂ ਆਈ ਕੋਈ ਵੀ ਚੀਜ਼ ਵਰਤਣ ਦੀ ਲੋੜ ਨਹੀਂ ਤੁਹਾਨੂੰ। ਨਾ ਤੂੰ ਆਹ ਦੱਸ, ਜੋ ਇੰਨਾ ਆਕੜ ਕੇ ਬੋਲ ਰਹੀ ਹੈ, ਤੇਰੇ ਪੇਕਿਆਂ ਤੋਂ ਆਇਆ ਕੀ ਹੈਗਾ ਜੋ ਮੈਂ ਵਰਤ ਲੂੰਗਾ? ਮੈਂ ਆਈ ਹੋਈ ਹਾਂ ਮੇਰੇ ਪੇਕਿਆਂ ਤੋਂ। ਉਹ ਤੂੰ ਕਿਉਂ ਮੇਰਾ ਦਿਮਾਗ ਖਰਾਬ ਕਰਨ ਲੱਗੀ ਪਈ ਹੈ? ਮੈਂ ਤੇਰੇ ਨਾਲ ਨਾ ਬੇਮਤਲਬ ਤੋਂ ਲੜਨਾ ਨਹੀਂ ਚਾਹੁੰਦਾ, ਚਲੀ ਜਾ ਇੱਥੋਂ। ਕੀ ਗੱਲ ਹੋ ਗਈ ਪੁੱਤ, ਕਿਉਂ ਇੱਕ ਦੂਜੇ ਨਾਲ ਲੜੀ ਜਾਂਦੇ ਹੋ? ਮੰਮੀ ਮੈਂ ਨਾ ਇਹਨਾਂ ਵਾਸਤੇ ਗੁਲਾਬ ਜਾਮਣਾ ਲੈ ਕੇ ਆਈ ਸੀ, ਨਾਲੇ ਤਾਂ ਇਹ ਮੇਰੇ ਪੇਕਿਆਂ ਦੀ ਬੇਇੱਜ਼ਤੀ ਕਰਦੇ ਨੇ, ਨਾਲੇ ਮੈਨੂੰ ਕਹਿੰਦੇ ਨੇ ਵੀ ਉਹਨਾਂ ਦੀ ਲਿਆਂਦੀ ਮੈਂ ਕੋਈ ਚੀਜ਼ ਨਹੀਂ ਖਾਣੀ। ਕੋਈ ਗੱਲ ਨਹੀਂ ਪੁੱਤ, ਨਹੀਂ ਖਾਣਾ ਨਾ ਖਾਣਦੇ, ਤੂੰ ਟੱਕੇ ਨਾ ਥੋੜ੍ਹੇ ਉਹਦੇ ਮੂੰਹ 'ਚ ਪਾਉਣੀ ਹੈ। ਨਾਲੇ ਪੁੱਤ ਅਸੀਂ ਤਾਂ ਬਾਜ਼ਾਰ ਦੀਆਂ ਮਿਠਾਈਆਂ ਖਾਂਦੇ ਹੀ ਨਹੀਂ, ਅਸੀਂ ਤਾਂ ਹਮੇਸ਼ਾ ਆਈ ਦਵਾਈ ਨਾ ਘਰ ਹੀ ਬਣਾ ਕੇ ਖਾਂਦੇ। ਮੰਮੀ ਜੀ ਤੁਸੀਂ ਸਿੱਧਾ ਹੀ ਕਿਉਂ ਨਹੀਂ ਕਹਿੰਦੇ ਵੀ ਮੇਰੇ ਪੇਕੇ ਗਰੀਬ ਨੇ ਤੇ ਉਹ ਤੁਹਾਡੇ ਘਰੇ ਨਾ ਚੱਜ ਦੀ ਮਠਿਆਈ ਨਹੀਂ ਲਿਆ ਸਕਦੇ? ਨਾ ਪੁੱਤ ਮੈਂ ਕਿਹ ਕਹੂੰ ਗਰੀਬ ਨੇ, ਇੰਨਾ ਕੁਛ ਤਾਂ ਤੈਨੂੰ ਦੇਖ ਗਏ ਨੇ ਉਹ। ਲੱਗਦਾ ਪੁੱਤ ਤੂੰ ਮੇਰੀ ਗੱਲ ਦਾ ਗੁੱਸਾ ਮੰਨ ਗਈ, ਸੱਚੀ ਹੋਈ ਨਹੀਂ ਅਸੀਂ ਕਦੇ ਬਾਜ਼ਾਰ ਦੀ ਮਠਿਆਈ ਲਿਆ ਕੇ ਖਾਧੀ। ਮੰਮੀ ਜੇ ਗੱਲ ਗੁੱਸਾ ਕਰਨ ਵਾਲੀ ਸੀ ਨਾ ਤਾਂ ਹੀ ਮੈਨੂੰ ਗੁੱਸਾ ਆਇਆ। ਮਨਦੀਪ ਤੈਨੂੰ ਅਕਲ ਨਹੀਂ ਹੈ, ਤੂੰ ਕਿਵੇਂ ਮੰਮੀ ਨਾਲ ਗੱਲ ਕਰਦੀ ਹੈ? ਮੈਨੂੰ ਬਾਅਦ ਵਿੱਚ ਕਿਹੋ, ਪਹਿਲਾਂ ਤੁਸੀਂ ਮਾਂ ਪੁੱਤ ਦੇਖ ਲਓ ਵੀ ਤੁਸੀਂ ਕੀ ਬੋਲੀ ਜਾਂਦੇ ਹੋ। ਹੁਣ ਮੈਂ ਵੀ ਇੱਟ ਦਾ ਜਵਾਬ ਨਾ ਪੱਥਰ ਨਾਲ ਦਿੰਦੀ ਹਾਂ। ਸਹੁੰ ਖਾਂ ਮੰਮੀ ਵੀ ਆਪਣਾ ਪ੍ਰਾਹੁਣਾ ਮਨਦੀਪ ਦੀ ਸੱਸ ਦਾ ਅਸਲੀ ਪੁੱਤ ਨਹੀਂ ਹੈਗਾ? ਨਾ ਹੋਰ ਦੱਸ, ਇਹ ਗੱਲ ਮੈਂ ਤੈਨੂੰ ਉਰਦੂ 'ਚ ਦੱਸਦੀ ਹਾਂ, ਉਹ ਮਨਦੀਪ ਨੇ ਮੈਨੂੰ ਇਹ ਗੱਲ ਖੁਦ ਦੱਸੀ ਆ। ਗੱਲ ਹਜਮ ਹੋਣ ਵਾਲੀ ਤਾਂ ਨਹੀਂ ਹੈਗੀ ਮੰਮੀ, ਵੀ ਮਨਦੀਪ ਨੇ ਤੁਹਾਡੇ ਅੱਗੇ ਐਡਾ ਵੱਡਾ ਭੇਤ ਖੋਲਤਾ। ਉਹ ਤਾਂ ਆਪਣੇ ਸਹੁਰਿਆਂ ਦਾ ਧਿਓ ਹੀ ਬਹੁਤ ਕਰਦੀ ਹੈ, ਸੱਸ ਨੂੰ ਤਾਂ ਮਾਂ ਕਹਿੰਦੀ ਹੈ। ਪੁੱਤ ਸੱਸ ਸੱਸ ਹੀ ਹੁੰਦੀ ਆ ਅਤੇ ਮਾਂ ਮਾਂ ਹੀ ਹੁੰਦੀ ਆ। ਅੱਜ ਨਾ ਮੈਨੂੰ ਮੌਕਾ ਮਿਲ ਹੀ ਗਿਆ, ਮੈਂ ਨਾ ਉਹਦੇ ਚੰਗੀ ਤਰ੍ਹਾਂ ਕੰਨ ਭਰ ਕੇ ਆਈ ਹਾਂ ਅਤੇ ਉਹਨੂੰ ਮੇਰੀਆਂ ਗੱਲਾਂ 'ਤੇ ਨਾ ਯਕੀਨ ਵੀ ਹੋ ਗਿਆ। ਫਿਰ ਤਾਂ ਮੰਮੀ ਆਪਾਂ ਨੂੰ ਬਿਰਲ ਮਿਲ ਹੀ ਗਈ। ਹੁਣ ਤੂੰ ਦੇਖੀ ਜਾਈ ਮੰਮੀ ਕਿਵੇਂ ਆਪਾਂ ਮਨਦੀਪ ਨੂੰ ਹਥਿਆਰ ਬਣਾ ਕੇ
ਉਹਦੇ ਸੋਹਰਿਆਂ ਤੇ ਫਾਇਰਿੰਗ ਕਰਦੇ ਆ। ਉਲਟੀ ਕਾਹਤੋਂ ਆ ਗਈ? ਪਤਾ ਨਹੀਂ ਮੰਮੀ ਜੀ, ਬਸ ਘਬਰਾਹਟ ਜਿਹੀ ਹੋਈ ਜਾਂਦੀ ਆ। ਪੁੱਤਰ ਡਾਕਟਰ ਨੂੰ ਦਿਖਾਇਆ? ਕਿਤੇ ਜ਼ਿਆਦਾ ਹੀ ਨਾ ਵਾਧਾ ਵੱਧ ਜੇ। ਨਹੀਂ ਮੰਮੀ ਜੀ, ਡਾਕਟਰ ਨੂੰ ਦਿਖਾਉਣ ਦੀ ਕੋਈ ਲੋੜ ਨਹੀਂ, ਉਲਟੀ ਆ ਗਈ ਨਾ, ਹੁਣ ਆਪੇ ਹੀ ਠੀਕ ਹੋ ਜਾਊਗਾ। ਐਵੇਂ ਕਿਵੇਂ ਪੁੱਤਰ, ਹੁਣ ਤਾਂ ਮੁੰਡਾ ਘਰੇ ਆ, ਦਿਖਾ ਲਿਓ, ਜੇ ਬਾਅਦ 'ਚ ਵੱਧ ਬਿਮਾਰ ਹੋ ਗਈ ਫਿਰ ਮੈਂ ਇਕੱਲੀ ਕੀ ਕਰੂੰ। ਮਨਦੀਪ, ਮੰਮੀ ਠੀਕ ਕਹਿ ਰਹੇ ਨੇ, ਚੱਲ ਮੈਂ ਤੈਨੂੰ ਹੁਣੇ ਡਾਕਟਰ ਨੂੰ ਦਿਖਾ ਜਾਂਦਾ। ਚਲੋ ਠੀਕ ਆ ਜੀ। ਪਤਾ ਨਹੀਂ ਕਿਵੇਂ ਬਿਮਾਰ ਹੋ ਗਈ, ਮੈਂ ਤਾਂ ਇਹਦਾ ਇੰਨਾ ਧਿਆਨ ਰੱਖਦੀ ਹਾਂ। ਮੰਮੀ ਆ ਗਈ ਪੁੱਤ ਤੂੰ? ਸੁਰਿੰਦਰ ਕਿੱਥੇ? ਮੰਮੀ ਜੀ, ਇਹਨਾਂ ਦੇ ਨਾ ਆਫਿਸ ਦਾ ਟਾਈਮ ਹੋ ਗਿਆ ਸੀ, ਇਹ ਫਿਰ ਆਫਿਸ ਚਲੇ ਗਏ। ਤੂੰ ਤਾਂ ਠੀਕ ਹੈ ਪੁੱਤ, ਕੀ ਕਹਿੰਦਾ ਸੀ ਡਾਕਟਰ? ਮੰਮੀ ਜੀ, ਡਾਕਟਰ ਕਹਿੰਦਾ ਸੀ। ਹਾਂ ਪੁੱਤ ਦੱਸ, ਕੀ ਕਹਿੰਦਾ ਸੀ ਡਾਕਟਰ? ਵੀ ਤੁਸੀਂ ਦਾਦੀ ਬਣਨ ਵਾਲੇ ਹੋ। ਕੀ ਕਹਿਆ ਪੁੱਤ? ਮੈਂ ਦਾਦੀ ਬਣਨ ਵਾਲੀ ਹਾਂ? ਕਿੱਡੀ ਖੁਸ਼ਖਬਰੀ ਸੁਣਾ ਰਹੀ ਹੈ ਮੰਮੀ ਜੀ। ਅੱਜ ਤਾਂ ਇਹ ਗੱਲ ਸੁਣ ਕੇ ਇਹ ਵੀ ਬਹੁਤ ਜ਼ਿਆਦਾ ਖੁਸ਼ ਸੀ। ਖੁਸ਼ ਤਾਂ ਹੋਣੀ ਹੈ ਪੁੱਤ, ਖੁਸ਼ੀ ਵਾਲੀ ਜੋ ਗੱਲ ਹੈ। ਹੁਣ ਤੂੰ ਆਪਣਾ ਪੂਰਾ ਖਾਣ ਪੀਣ ਦਾ ਧਿਆਨ ਰੱਖੀ। ਠੀਕ ਆ ਮੰਮੀ ਜੀ। ਮੰਮੀ ਜੀ, ਹੁਣ ਰਸੋਈ 'ਚ ਜਾ ਕੇ ਮੈਂ ਰੋਟੀ ਬਣਾ ਲਾ। ਨਾ ਨਾ ਪੁੱਤ, ਰੋਟੀ ਮੈਂ ਆਪੇ ਬਣਾ ਲੂੰਗੀ, ਤੂੰ ਆਰਾਮ ਕਰ। ਉਹ ਨਹੀਂ ਨਹੀਂ ਮੰਮੀ, ਹੁਣ ਮੈਂ ਠੀਕ ਹਾਂ, ਮੈਂ ਆਪੇ ਬਣਾ ਦਿੰਦੀ ਹਾਂ। ਤੈਨੂੰ ਕਹਿ ਨਾ, ਬਹਿਜੋ ਚੁੱਪ ਕਰਕੇ, ਤੂੰ ਆਰਾਮ ਕਰ। ਉਹ ਮੰਮੀ, ਮੇਰੇ ਕੱਪੜਿਆਂ ਨੂੰ ਨਾ ਸਮਾਰ ਸਮਾਰ ਕੇ ਪ੍ਰੈਸ ਕਰੀ, ਇੱਕ ਵੀ ਬਲ ਨਹੀਂ ਹੋਣਾ ਚਾਹੀਦਾ ਮੇਰੇ ਕੱਪੜਿਆਂ 'ਚ। ਆਖਿਰ ਤੇਰੇ ਮੁੰਡੇ ਦੀ ਟੌਰ ਵੀ ਤਾਂ ਬੰਨੀ ਚਾਹੀਦੀ ਹੈ, ਨਾਲ ਮੈਂ ਬਰਫ਼ 'ਚ ਫੋਟੋਆਂ ਵੀ ਤਾਂ ਖਿਚਵਾਉਣੀਆਂ ਨੇ। ਕੱਪੜੇ ਤਾਂ ਤੇਰੇ ਮੈਂ ਵਧੀਆ ਹੀ ਪ੍ਰੈਸ ਕਰਦੀ ਹਾਂ, ਜੇ ਫਿਰ ਵੀ ਤੇਰੇ ਨਖਰੇ ਹੇਠ ਨਹੀਂ ਨਾ ਆਉਂਦੇ ਤੇ ਤੂੰ ਨਖਰਾ ਕਰੀ ਚੱਲ। ਪਤਾ ਨਹੀਂ ਇਹਦੇ ਕੀ ਅੱਗ ਲੱਗੀ ਹੋਈ ਹੈ ਬਰਫ਼ 'ਤੇ ਜਾਣ ਦੀ। ਮੰਮੀ, ਤੂੰ ਮੈਨੂੰ ਕਿਉਂ ਵੱਧ ਘੱਟ ਬੋਲੀ ਜਾਂਦੀ ਹੈ? ਮਸਾਂ ਤਾਂ ਮੇਰਾ ਪਹਾੜਾਂ 'ਤੇ ਜਾਣ ਦਾ ਪਲੈਨ ਬਣਿਆ, ਨਾਲੇ ਛੋਟੇ ਹੁੰਦੇ ਤੂੰ ਕਿਹੜਾ ਮੈਨੂੰ ਟੂਰ 'ਤੇ ਜਾਣ ਦਿੰਦੀ ਸੀ? ਹੁਣ ਤਾਂ ਮੈਂ ਪੈਸੇ ਵਾਲਾ ਹੋ ਗਿਆ, ਹੁਣ ਤਾਂ ਜਾ ਲੈਂਦੇ। ਬੇ, ਮੈਂ ਤਾਂ ਤੈਨੂੰ ਤਾਂ ਕਹਿੰਦੀ ਹਾਂ, ਜੇ ਤੂੰ ਚਲੇ ਹੈਗਾ ਨਾ ਪਿੱਛੋਂ ਤਾਂ ਮੇਰਾ ਜੀ ਨਹੀਂ ਲੱਗਣਾ। ਮੈਨੂੰ ਤੂੰ ਐਂ ਤਾਂ ਦੱਸ, ਕਿੰਨੇ ਕੁ ਦਿਨ ਲੱਗ ਕੇ ਆਵੇਂਗਾ? ਘੱਟੋ ਘੱਟ 15 ਦਿਨ ਤਾਂ ਨਹੀਂ ਮੁੜਦਾ ਵਾਂ ਤਾਂ ਮੈਂ। ਪਹਿਲਾਂ ਜਾਊਂ ਸ਼ਿਮਲਾ, ਫਿਰ ਜਾਊਂ ਮਨਾਲੀ, ਸਭ ਤੋਂ ਆਖਿਰ 'ਚ ਜਾਊਂਗਾ ਲੱਦਾਖ। ਹੁਣ ਮੈਨੂੰ ਨਾ ਐਂ ਦੱਸ, ਤੂੰ ਇਕੱਲਾ ਜਾਏਗਾ ਕਿ ਤੇਰੇ ਨਾਲ ਹੋਰ ਵੀ ਕੋਈ ਜਾਊਗਾ? ਮੰਮੀ, ਮੇਰੇ ਨਾਲ ਨਾ ਮੇਰੇ ਦੋ ਦੋਸਤ ਹੀ ਜਾਣਗੇ, ਉਹ ਵਿਚਾਰੇ ਗਰੀਬ ਨੇ। ਫਿਰ ਮੈਂ ਉਹਨਾਂ ਨੂੰ ਕਹਿਤਾ ਵੀ ਤੁਹਾਡਾ ਖਰਚਾ ਮੈਂ ਚੁੱਕ ਲੂੰਗਾ। ਨਾ, ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਜਿਹੜਾ ਤੂੰ ਉਹਨਾਂ ਦਾ ਖਰਚਾ ਚੱਕੇਗਾ? ਕਿਉਂ ਮੰਮੀ, ਮਾੜੀ ਨੀਤ ਕਰਦੀ ਹੈ? ਰੱਬ ਨੇ ਆਪਾਂ ਨੂੰ ਸਭ ਕੁਝ ਦਿੱਤਾ ਹੋਇਆ, ਨਾਲੇ ਇਹ ਦੁਨੀਆਦਾਰੀ ਹੈ, ਤੈਨੂੰ ਨਹੀਂ ਸਮਝ ਆਉਣੀ। ਆਹੋ, ਮੈਨੂੰ ਕਾਹਨੂੰ ਸਮਝ ਆਉਣੀ ਆ? ਪਰ ਤੂੰ ਮੈਨੂੰ ਹੁਣ ਇਹ ਵੀ ਦੱਸ ਦੇ, ਕਿੰਨੇ ਕੁ ਪੈਸੇ ਨਾਲ ਲੈ ਕੇ ਜਾਵੇਂਗਾ? ਲੱਖ ਰੁਪਇਆ, ਉਹ ਇੰਨੇ 'ਚ ਤਾਂ ਸਰੀ ਜਾਊਗਾ। ਇੰਨੇ? ਉਹ ਤੂੰ ਕੁਛ ਜ਼ਿਆਦਾ ਹੀ ਨਹੀਂ ਪੈਸੇ ਲੈ ਕੇ ਜਾ ਰਿਹਾ? ਉਹ ਮੰਮੀ, ਪਹਾੜਾਂ 'ਚ ਚੱਲੇ ਆ, ਉਹ ਵੀ ਗੱਡੀ ਕਰਾ ਕੇ, ਤੇਰੇ ਪਾ ਕੇ ਗੱਡੀ ਫ੍ਰੀ 'ਚ ਜਾਊਗੀ। ਉਹ ਤੇਲ ਵੀ ਪਵਾਉਣਾ, ਖਾਣਾ ਪੀਣਾ ਵੀ ਹੈ, ਉੱਥੇ ਰਹਿਣਾ ਵੀ ਹੈ। ਉਹ ਮੇਰੇ ਦੋਸਤਾਂ ਦਾ ਫੋਨ ਆਈ ਜਾਂਦਾ, ਕਾਹਨੂੰ ਮੈਨੂੰ ਲੇਟ ਕਰਾਉਣੀ ਹੈ? ਮੇਰੀ ਸ਼ਰਟ ਫੜਾ ਦੇ, ਮੈਂ ਜਾਣਾ। ਫੜਾਉਣੀ ਆ? ਆ ਫੜ, ਨਾਲੇ ਨਾ ਮੈਨੂੰ ਉੱਥੇ ਜਾ ਕੇ ਫੋਨ ਕਰਦਾ ਰਹੀ। ਉਹ ਕਰ ਦੂੰਗਾ, ਕਰ ਦੂੰਗਾ।
ਸਤਿ ਸ਼੍ਰੀ ਅਕਾਲ ਮੰਮੀ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੁੱਤ। ਸਤਿ ਸ਼੍ਰੀ ਅਕਾਲ ਭੈਣ ਜੀ। ਆ ਜਾਓ ਬਹਿ ਜਾਓ। ਅੱਜ ਭੈਣ ਜੀ ਤੁਸੀਂ ਅਚਾਨਕ ਕਿਵੇਂ ਆ ਗਏ? ਆਉਣ ਤੋਂ ਪਹਿਲਾਂ ਤੁਸੀਂ ਕੋਈ ਫੋਨ ਵੀ ਨਹੀਂ ਕੀਤਾ। ਕਿਉਂਕਿ ਗੱਲ ਹੀ ਖੁਸ਼ੀ ਵਾਲੀ ਸੀ। ਮੰਮੀ ਜੀ ਤੁਸੀਂ ਨਾਨੀ ਬਣਨ ਵਾਲੇ ਹੋ। ਸੱਚੀ ਪੁੱਤ, ਇਹ ਤਾਂ ਬਾਹਲੀ ਖੁਸ਼ਖਬਰੀ ਵਾਲੀ ਗੱਲ ਆ। ਹਾਂਜੀ ਭੈਣ ਜੀ, ਸੁਖਨਾ ਸਾਡੇ ਘਰੇ ਨਵਾਂ ਮਹਿਮਾਨ ਆਉਣ ਵਾਲਾ। ਮੈਂ ਤਾਂ ਭੈਣ ਜੀ ਬਹੁਤ ਖੁਸ਼ ਹਾਂ ਇਹ ਖੁਸ਼ਖਬਰੀ ਸੁਣ ਕੇ। ਹੋਰ ਪੁੱਤ, ਪ੍ਰਾਹੁਣਾ ਨਹੀਂ ਆਇਆ ਤੇਰੇ ਨਾਲ? ਨਹੀਂ ਮੰਮੀ ਜੀ, ਅਸੀਂ ਤਾਂ ਡਰਾਈਵਰ ਨਾਲ ਆਏ ਹਾਂ, ਉਹ ਤਾਂ ਆਫਿਸ ਗਏ ਹੋਏ ਨੇ ਕੰਮ 'ਤੇ। ਦੀਪ ਨਹੀਂ ਦਿਖ ਰਿਹਾ ਕਿਤੇ? ਉਹ ਤਾਂ ਪੁੱਤ ਆਪਦੇ ਦੋਸਤਾਂ ਨਾਲ ਨਾ ਘੁੰਮਣ ਗਿਆ ਹੋਇਆ। ਜਵਾਕ ਦਾ ਨਾ ਕਈ ਦਿਨਾਂ ਤੋਂ ਜੀ ਸੀ, ਮੈਂ ਕਿਹਾ ਚੱਲ ਤੂੰ ਜਾਇਆ। ਹੋਰ ਪੁੱਤ, ਡਾਕਟਰ ਨੇ ਦਵਾਈ ਦਵੂਈ ਲਾਤੀ ਤੈਨੂੰ? ਹਾਂਜੀ ਮੰਮੀ, ਦਵਾਈ ਤਾਂ ਉਹਨਾਂ ਨੇ ਨਾਲੋਂ ਨਾਲ ਚਾਲੂ ਕਰਤੀ। ਚੱਲ ਪੁੱਤ, ਡਾਕਟਰਾਂ ਨੇ ਤਾਂ ਆਪਦਾ ਕੰਮ ਕਰਨਾ ਹੀ ਆ। ਭੈਣ ਜੀ ਤੁਸੀਂ ਹੋਰ ਨਹੀਂ ਕਿਤੇ ਗਏ? ਹੋਰ ਭੈਣ ਜੀ ਅਸੀਂ ਕਿੱਥੇ ਜਾਣਾ ਸੀ? ਡਾਕਟਰ ਕੋਲੋਂ ਦਵਾਈ ਦਵਾ ਦੇ, ਗੁਰਦੁਆਰੇ ਮੰਦੀ ਬਿਨਾਂ ਮੱਥਾ ਟਿਕਾ ਦੇ। ਚਲੋ ਉਹ ਤਾਂ ਠੀਕ ਆ ਭੈਣ ਜੀ, ਤੁਹਾਡਾ ਜਾਣਾ ਵੀ ਬਣਦਾ ਸੀ, ਪਰ ਮੈਂ ਤੁਹਾਨੂੰ ਐਂ ਪੁੱਛਦੀ ਹਾਂ, ਤੁਸੀਂ ਕੁੜੀ ਦੇ ਕਿਸੇ ਸਾਧੂ ਸੰਤ ਤੋਂ ਧਾਗਾ ਨਹੀਂ ਪਵਾਇਆ? ਨਹੀਂ ਭੈਣ ਜੀ, ਅਸੀਂ ਤਾਂ ਨਹੀਂ ਪਵਾਇਆ। ਨਾ ਫਿਰ ਕਿਉਂ ਨਹੀਂ ਪਵਾਇਆ ਤੁਸੀਂ? ਇਹ ਤਾਂ ਬਹੁਤ ਜ਼ਰੂਰੀ ਹੈ। ਚਲੋ ਫਿਰ ਐਂ ਕਰੋ ਭੈਣ ਜੀ, ਤੁਸੀਂ ਨਾ ਮੇਰੇ ਨਾਲ ਚੱਲੋ। ਆ ਨਾਲ ਵਾਲੀ ਕਲੋਨੀ 'ਚ ਨਾ ਪਹੁੰਚਿਆ ਹੋਇਆ ਸਾਧੂ ਸੰਤ ਬਹਿੰਦਾ, ਆਪਾਂ ਫਿਰ ਉਹ ਤੋਂ ਧਾਗਾ ਪਵਾ ਲਿਆਉਂਦੇ ਹਾਂ। ਨਾ ਨਾ ਭੈਣ ਜੀ, ਅਸੀਂ ਨਹੀਂ ਕਿਸੇ ਬਾਬੇ ਕੋਲ ਜਾਣਾ, ਅਸੀਂ ਨਹੀਂ ਕਿਸੇ ਨੂੰ ਮੰਨਦੇ, ਅਸੀਂ ਤਾਂ ਗੁਰਦੁਆਰੇ ਜਾਂਦੇ ਹਾਂ।